ਮੰਚ ਤੇ ਬੈਠੇ ਮੇਰੇ ਸਾਰੇ ਸਾਥੀ, ਪੰਜਾਬ ਦੇ ਕੋਨੇ ਕੋਨੇ ਤੋਂ ਆਏ ਨੌਜਵਾਨੋ, ਬਜ਼ੁਰਗੋ, ਭੈਣੋ ਤੇ ਭਰਾਵੋ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੈਂ ਬੇਨਤੀ ਕਰਨੀ ਹੈ ਸਾਰੀ ਸੰਗਤ ਨੂੰ, ਥੋੜ੍ਹੀ ਜਿਹੀ ਦੇਰ ਚੁੱਪ ਦਾ ਦਾਨ ਬਖਸ਼ੋਗੇ ਤਾਂ ਕਿ ਜੋ ਮੈਂ ਕਹਾਂਗਾ ਉਹ ਤੁਹਾਨੂੰ ਵੀ ਸਮਝ ਆ ਜਾਏ ਅਤੇ ਜੋ ਤੁਹਾਡੀਆਂ ਭਾਵਨਾਵਾਂ ਨੇ ਉਹਦੇ ਮੁਤਾਬਕ ਤੁਹਾਡੇ 'ਤੇ ਸ਼ਾਇਦ ਅਸਰ ਕਰੇ। ਇਸ ਲਈ ਮੈਂ ਬੇਨਤੀ ਕਰਾਂਗਾ ਕਿ ਚੁੱਪ ਦਾ ਦਾਨ ਬਖਸ਼ੋ। ਤੁਹਾਨੂੰ ਸਾਰਿਆਂ ਨੂੰ ਯਾਦ ਹੈ ਆਪਾਂ ਨੇ 13 ਮਹੀਨੇ ਦਿੱਲੀ ਦੇ ਬਾਰਡਰ 'ਤੇ ਬੈਠ ਕੇ ਉੱਥੇ ਇੱਕ ਤਪੱਸਿਆ ਕੀਤੀ ਲੋਕ ਰਾਜੀ ਢੰਗ ਨਾਲ। ਉਸ ਅੰਦੋਲਨ ਦੀ ਸਾਰੀ ਦੁਨੀਆ 'ਚ ਗੂੰਜ ਪਈ। ਅੱਜ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜਦੋਂ ਕੋਈ ਅੰਦੋਲਨ ਹੁੰਦਾ ਤਾਂ ਪਹਿਲਾਂ ਇਹ ਕਿਹਾ ਜਾਂਦਾ ਅਸੀਂ ਦਿੱਲੀ ਪੈਟਰਨ 'ਤੇ ਅੰਦੋਲਨ ਕਰ ਰਹੇ ਹਾਂ। ਇਹ ਤੁਹਾਡੀ ਧਾਕ ਦੀ ਇੱਕ ਨਿਸ਼ਾਨੀ ਹੈ। ਅੱਜ ਅਸੀਂ ਸਾਰੇ ਇੱਥੇ ਇਸ ਲਈ ਇਕੱਠੇ ਹੋਏ ਹਾਂ ਕਿ ਦਿੱਲੀ ਤੋਂ ਆਉਣ ਵੇਲੇ ਸਾਡੇ ਨਾਲ ਕੁਝ ਵਾਅਦੇ ਕੀਤੇ ਗਏ ਸੀ। ਸਰਕਾਰ ਨੇ, ਮੋਦੀ ਸਰਕਾਰ ਨੇ ਇੱਕ ਚਿੱਠੀ ਲਿਖੀ ਸੀ, ਉਹ ਮੈਦਾਨੋਂ ਹੀ ਨਹੀਂ ਭੱਜੀ, ਸਗੋਂ ਆਪਣਾ ਜਿਹੜਾ ਰਵੱਈਆ ਸੀ ਸਾਡੇ ਨਾਲ ਉਹ ਜੱਗ ਜਾਹਰ ਕਰ ਦਿੱਤਾ। ਕਿਸ ਤਰ੍ਹਾਂ ਸਾਨੂੰ ਕੁੱਟ ਪਈ, ਕਿਵੇਂ ਸਾਡੇ ਅੱਗੇ ਕਿੱਲ ਕੱਢੇ, ਕਿਵੇਂ ਸਾਡੇ ਅੱਗੇ ਬੈਰੀਕੇਡ ਲਾਏ ਗਏ, ਇਹ ਸਾਰਾ ਤੁਸੀਂ ਆਪਣੇ ਪਿੰਡੇ 'ਤੇ ਹੰਡਾਇਆ। ਇਸ ਵੇਲੇ ਦੇਸ਼ ਦੀ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ। ਮੈਂ ਜਦੋਂ ਸਾਰੀ ਦੁਨੀਆ ਦੇ ਆਗੂਆਂ ਦੇ ਵਿਚਾਰਾਂ ਵੱਲ ਨਿਗਾਹ ਮਾਰਦਾ ਉਹ ਭੋਗ ਰਹੇ ਨੇ, ਭਾਰਤ ਵੱਲ ਬੜੇ ਗੰਭੀਰਤਾ ਨਾਲ ਸੋਚ ਰਹੇ ਨੇ ਵੀ ਇੱਥੇ ਇੱਕ ਨਵਾਂ ਹਿਟਲਰ ਪੈਦਾ ਹੋ ਗਿਆ, ਮੋਦੀ ਦੀ ਰੂਹ ਇੱਕ ਤਾਨਾਸ਼ਾਹ ਵਾਲੀ ਰੂਹ ਹੈ। ਉਹ ਕਹਿੰਦੇ ਦੇਖਦੇ ਹਾਂ ਕਿ ਭਾਰਤ ਦੇ ਲੋਕ ਇਸ ਤਾਨਾਸ਼ਾਹ ਨੂੰ ਕਿੰਨਾ ਕੁ ਸਮਰਥਨ ਦਿੰਦੇ ਨੇ। ਪਰ ਇੱਥੇ ਦੀ ਟੋਟਲ ਵਰਕਿੰਗ ਕਲਾਸ, ਕਿਸਾਨ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ, ਇੰਡਸਟਰੀਅਲ ਵਰਕਰ, ਜਿਹਨੇ ਪਿਛਲੇ 10 ਸਾਲਾਂ ਵਿੱਚ ਮੋਦੀ ਦੇ ਰਾਜ ਦਾ ਸੰਤਾਪ ਭੋਗਿਆ ਹੈ, ਉਹ ਅੱਜ ਸਾਰੇ ਦੇਸ਼ ਵਿੱਚ ਇਕਮੁੱਠ ਹੋ ਕੇ ਖੜ੍ਹੇ ਹੋ ਗਏ। ਤੁਹਾਡੇ ਇਸ ਅੰਦੋਲਨ ਦੀ ਇੱਕ ਵੱਡੀ ਪ੍ਰਾਪਤੀ ਹੈ ਤੁਹਾਡੀ, ਤੁਸੀਂ ਸਾਰੇ ਦੇਸ਼ ਵਾਸੀਆਂ ਨੂੰ ਜ਼ੁਬਾਨ ਦੇ ਦਿੱਤੀ। ਅੱਜ ਤੱਕ ਜਦੋਂ ਕੋਈ ਚੋਣ ਆਉਂਦੀ ਸੀ ਅਸੀਂ ਦੇਖਦੇ ਰਹੇ ਹਾਂ ਲੋਕ ਚੋਣਾਂ 'ਚ ਵੋਟਾਂ ਮੰਗਣ ਵਾਲਿਆਂ ਨੂੰ ਹੱਥ ਬੰਨ ਕੇ ਉਡੀਕਿਆ ਕਰਦੇ ਸੀ, ਉਹ ਇਸ ਤਰ੍ਹਾਂ ਵਿਚਰਦੇ ਸੀ ਜਿਵੇਂ ਕਿਤੇ ਉਹ ਮਹਾਰਾਜੇ ਹੋਣ। ਹੁਕਮਰਾਨ ਇੱਕ ਵੱਖਰੀ ਕਲਾਸ ਬਣ ਗਈ ਸੀ। ਤੁਸੀਂ, ਤੁਹਾਡੇ ਇਸ ਅੰਦੋਲਨ ਨੇ ਲੋਕਾਂ ਨੂੰ ਐਸੀ ਜਾਗਰਤੀ ਲਿਆ ਕੇ ਦਿੱਤੀ ਵੀ ਅੱਜ ਉਹਨਾਂ 'ਤੇ ਸਵਾਲ ਹੋਣ ਲੱਗੇ ਨੇ। ਜਦੋਂ ਲੋਕ ਸਵਾਲ ਕਰਦੇ ਨੇ ਉਹ ਭੁਚੱਕੇ ਜੇ ਰਹਿ ਗਏ। ਹੁਕਮਰਾਨਾਂ ਨੂੰ ਇਹ ਹੈਰਾਨੀ ਹੋਈ ਵੀ ਉਹ ਲੋਕ ਜਿਹੜੇ ਹੱਥ ਜੋੜਿਆ ਕਰਦੇ ਸੀ ਅੱਜ ਸਾਡੇ ਸਾਹਮਣੇ ਸਵਾਲ ਕਰਦੇ ਨੇ, ਉਹਨਾਂ ਨੂੰ ਇਹ ਵਰਤਾਰਾ ਪਸੰਦ ਨਹੀਂ। ਤੁਸੀਂ ਭਾਜਪਾ ਦਾ ਵਿਰੋਧ ਇਸ ਲਈ ਕੀਤਾ ਵੀ ਉਹਨਾਂ ਨੇ ਗੈਰ ਲੋਕ ਲੋਕਰਾਜੀ ਢੰਗ ਨਾਲ
ਤੁਹਾਨੂੰ ਸਾਰਿਆਂ ਨੂੰ ਪਰੇਸ਼ਾਨ ਕੀਤਾ, ਸਵਾ 700 ਕਿਸਾਨ ਸ਼ਹੀਦ ਕੀਤੇ, ਸ਼ੁਕਰ ਨੂੰ ਸ਼ਹੀਦ ਕੀਤਾ, ਦੁਸ਼ਮਣਾਂ ਵਾਂਗ ਸਾਡੇ ਉੱਤੇ ਟੀਅਰ ਗੈਸ ਛੱਡੀ ਗਈ, ਗੋਲੀਆਂ ਚਲਾਈਆਂ ਗਈਆਂ, ਇਹਦੇ ਵਿਰੋਧ ਵਿੱਚ ਕੁਝ ਸਵਾਲ ਕੀਤੇ ਤੁਸੀਂ ਸਾਰਿਆਂ ਨੂੰ, ਸਾਡੇ ਸਾਥੀ ਸਾਡੇ ਕਿਸਾਨ ਭਰਾ ਮਜ਼ਦੂਰ ਭਰਾ ਭਾਜਪਾ ਦਾ ਵਿਰੋਧ ਕਰਨੇ ਜਦੋਂ ਸਵਾਲ ਲੈ ਕੇ ਜਾਂਦੇ ਨੇ ਤਾਂ ਮੈਂ ਦੇਖਿਆ, ਮੈਂ ਇਲੈਕਸ਼ਨ ਕਮਿਸ਼ਨ ਨੂੰ ਇੱਕ ਗੱਲ ਕਹੀ ਸੀ, ਮੈਂ ਕਿਹਾ ਸੀ ਵੀ ਸਾਡਾ ਟਰੈਕ ਰਿਕਾਰਡ ਹੈ, ਅਸੀਂ ਹਮੇਸ਼ਾ ਸ਼ਾਂਤਮਈ ਰਹਿੰਦੇ ਹਾਂ, ਅਸੀਂ ਹੁਣ ਵੀ ਸ਼ਾਂਤਮਈ ਰਹਾਂਗੇ, ਪਰ ਅੱਜ ਭਾਜਪਾਈਆਂ ਨੂੰ ਵੀ ਮੈਂ ਤਾਂ ਭਾਜਪਾ ਦਾ ਮੰਨਦਾ ਨਹੀਂ, ਤਾਂ ਹਾਈਬ੍ਰਿਡ ਹੋ ਗਈ, ਇਹਦੇ 'ਚ ਕਾਂਗਰਸ ਵੀ ਨੇ, ਅਕਾਲੀ ਵੀ ਨੇ, ਆਮ ਆਦਮੀ ਪਾਰਟੀ ਵਾਲੇ ਨੇ, ਸਾਰਾ ਮਿਕਸ ਹੋ ਗਏ। ਉਸ ਭਾਜਪਾ ਦੇ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਹੁਕਮਰਾਨ ਸਮਝਦੇ ਸੀ, ਉਹਨਾਂ ਨੂੰ ਕੋਈ ਹੱਕ ਨਹੀਂ ਹੁੰਦਾ, ਜਦੋਂ ਸਾਡੇ ਲੋਕ ਸਵਾਲ ਕਰਨ ਲਈ ਖੜੇ ਹੁੰਦੇ ਆ, ਇਹਨਾਂ ਦੀ ਇੱਛਾ ਹੁੰਦੀ ਆ ਵੀ ਮਿੱਟੀ ਪਾ ਕੇ ਨਿਕਲ ਜਾਈਏ, ਤੇ ਅਸੀਂ ਅੱਗੇ ਹੋ ਕੇ ਰੋਕਦੇ ਹਾਂ, ਸਾਡੇ ਸਵਾਲਾਂ ਦੇ ਜਵਾਬ ਦਿਓ। ਇਹ ਇਹਨਾਂ ਦੇ ਜਿਹੜੇ ਵਰਕਰ ਨੇ, ਜਿਹਨਾਂ ਨੂੰ ਵਰਕਰ ਕਹਿੰਦੇ, ਮੈਂ ਉਹਨਾਂ ਨੂੰ ਕਮਿਸ਼ਨ ਸਾਹਮਣੇ ਕਿਹਾ ਸੀ, ਉਹ ਫਰੂਤੀ ਨੇ, ਉਹ ਫਰੂਤੀ ਹੁਣ ਸਾਡੇ ਲੋਕਾਂ ਨਾਲ ਧੱਕਾ ਮੁੱਕਣਾ ਸ਼ੁਰੂ ਕਰ ਦਿੰਦੇ ਨੇ, ਤੇ ਪੁਲਿਸ ਉਹਨਾਂ ਦੀ ਮਦਦ ਤੇ ਆ ਜਾਂਦੀ ਹੈ। ਔਰ ਬਹੁਤ ਵੱਡੀ ਤੁਸੀਂ ਵਧਾਈ ਦੇ ਪਾਤਰ ਹੋ, ਇੰਨੀ ਪ੍ਰੋਵੋਕੇਸ਼ਨ ਦੇ ਬਾਵਜੂਦ, ਇੰਨਾ ਉਕਸਾਉਣ ਦੇ ਬਾਵਜੂਦ ਅੱਜ ਤੱਕ ਤੁਸੀਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ। ਅਸੀਂ ਅੱਜ ਵੀ ਇਹ ਫੈਸਲਾ ਕੀਤਾ, ਮੈਂ ਇੱਥੋਂ ਐਲਾਨ ਕਰਦਾ, ਪ੍ਰਧਾਨ ਮੰਤਰੀ ਆ ਰਿਹਾ ਇੱਥੇ ਪੰਜਾਬ ਦੇ ਦੌਰੇ 'ਤੇ, ਅਸੀਂ ਚਾਹੁੰਦੇ ਹਾਂ ਸਾਡੇ ਸਵਾਲਾਂ ਦੇ ਜਵਾਬ ਦੇਵੇ, ਉਹਨਾਂ ਦੇ ਪੰਜਾਬ ਦੇ ਪ੍ਰਧਾਨ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਇੱਕ ਵੀ ਸਵਾਲ ਦਾ ਜਵਾਬ ਉਹ ਨਹੀਂ ਦੇ ਸਕਿਆ, ਇੱਧਰ ਉੱਧਰ ਟਾਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਉਮੀਦਵਾਰ ਜਦੋਂ ਬੁਖਲਾਏ ਹੋਏ, ਸਾਡੇ ਨੇ ਅਪਸ਼ਬਦ ਬੋਲਦੇ ਨੇ, ਅਤੇ ਮੈਨੂੰ ਅਹਿਸਾਸ ਹੁੰਦਾ ਵੀ ਅਸੀਂ ਸਫਲ ਹੋ ਗਏ ਹਾਂ, ਮੈਨੂੰ ਲੱਗਦਾ ਵੀ ਇਹਨਾਂ ਨੂੰ ਕਸ਼ਟ ਹੋਇਆ, ਤਕਲੀਫ ਹੋਈ ਹੈ, ਇਸ ਕਰਕੇ ਭਈ ਅਸੀਂ ਪੂਰੀ ਸਫਲਤਾ ਨਾਲ ਇਹਨਾਂ ਦਾ ਵਿਰੋਧ ਕੀਤਾ, ਉਹਨਾਂ ਨੂੰ ਹੁਣ ਹੱਲ ਨਹੀਂ ਹੋ ਰਿਹਾ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ ਹੈ, ਹੰਸ ਰਾਜ ਹੰਸ, ਇਹ ਕੌਣ ਕਹਿੰਦੇ ਹੰਸ ਬਣ ਗਿਆ, ਉਹ ਇਹਦਾ ਹੰਸ ਨਹੀਂ ਬਣਦਾ, ਉਹ ਪਹਿਲਾਂ ਹੰਸ ਪਤਨੀ ਦਾ ਹੰਸ ਬਣ ਕੇ ਦਿਖਾਵੇ, ਕੋਈ ਕਹਿੰਦੇ ਲੁਧਿਆਣੇ ਦਾ ਕੈਂਡੀਡੇਟ ਵੀ ਸਾਨੂੰ ਨੀਂਦੂ ਕੰਟਰੀ ਜੇਲ੍ਹਾਂ ਦਿਖਾਉਂਦਾ ਹੈ, ਦਾਦੇ ਦੀ ਕਮਾਈ ਪੈਰੇਡ ਵਗੈਰਾ ਆਇਆ, ਸਾਰੇ ਟੱਬਰ ਨੇ ਮਿਨਿਸਟਰੀ ਦਾ ਆਨੰਦ ਮਾਣਿਆ, ਉਹਨਾਂ ਨੇ ਕਿਹਾ ਮੈਂ ਭਾਜਪਾ ਚ ਜਾ ਕੇ ਜੇ ਉੱਥੇ ਸੈਂਚਰੀ ਮਿਨਿਸਟਰ ਬਣੂ, ਅਸੀਂ ਇਹੋ ਜਿਹੀਆਂ ਕਿੱਧਰ ਧਮਕੀਆਂ ਤੋਂ ਡਰਨ ਵਾਲੇ ਲੋਕ ਨਹੀਂ, ਅਸੀਂ ਪ੍ਰਧਾਨ ਮੰਤਰੀ ਜਦੋਂ ਆਏਗਾ ਪੰਜਾਬ ਵਿੱਚ, ਮੈਂ ਸਪਸ਼ਟ ਐਲਾਨ ਕਰਦਾ ਸੀ, ਕਾਲੀ ਝੰਡੀਆਂ ਲੈ ਕੇ ਡਟ ਕੇ ਵਿਰੋਧ ਕਰਾਂਗੇ, ਕਿਸਾਨ ਮਜ਼ਦੂਰ ਸਾਰੇ ਡਟ ਕੇ ਆਪਣੇ ਨਾਲ ਝੰਡੇ ਲੈ ਕੇ ਸ਼ਾਂਤਮਈ ਰਹਿ ਕੇ, ਪੂਰੇ ਪਹਿਲੀ ਕੰਡੀਸ਼ਨ ਹੈ ਸਾਡੇ ਲਈ ਸ਼ਾਂਤਮਈ ਰਹਿ ਕੇ ਅਸੀਂ ਉਹਦਾ ਵਿਰੋਧ ਕਰਾਂਗੇ, ਸਾਡਾ ਖੜ ਕੇ ਸਾਡੇ ਸਵਾਲਾਂ ਦੇ ਜਵਾਬ, ਮੈਨੂੰ ਪਤਾ ਹੈ ਭਾਈ ਹੋਈ ਮੜਾ ਸਰ ਐਡਮਿਨਿਸਟ੍ਰੇਸ਼ਨ ਚ ਕੋਈ ਹਿੰਮਤ ਨਹੀਂ, ਅੰਤ ਜੀ ਮੜਾ ਸਾਈਡ ਤੇ ਹੋਇਆ, ਨਹੀਂ ਨਹੀਂ ਮੀਡੀਆ 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 ਨਾ ਉਹਦੇ ਦੀ ਹਿੰਮਤ ਹੈ, ਇਸ ਬੰਦੇ ਨੇ 10 ਸਾਲਾਂ ਵਿੱਚ ਇੱਕ ਵਾਰੀ ਵੀ ਪ੍ਰੈਸ ਦੇ ਸਾਹਮਣੇ ਨਹੀਂ ਹੋਇਆ, ਉਹ ਬੰਦਾ ਉਹ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਰਹੇਗਾ, ਕਾਨਾ ਸ਼ਾਹੀ ਵਜ਼ੀਰ ਦਾ ਧਾਰਮੀ ਪ੍ਰਾਈਮ ਮਿਨਿਸਟਰ ਜਦੋਂ ਇੱਥੇ ਆਏਗਾ ਤਾਂ ਪੰਜਾਬ ਦੇ ਲੋਕ ਡਟ ਕੇ ਉਹਦਾ ਵਿਰੋਧ ਕਰਨਗੇ, ਮੈਂ ਦੂਜੇ ਪਾਸੇ ਪੰਜਾਬ ਦੀ ਮਿੱਟੀ ਦੀ ਸਹੁੰ ਉੱਥੇ ਨਾ ਜਾਇਓ, ਕਿਉਂਕਿ ਇਸ
ਕਿਸਾਨਾਂ ਮਜ਼ਦੂਰਾਂ ਦਾ ਮੁਲਾਜ਼ਮਾਂ ਦਾ ਸਵਾਲ ਨਹੀਂ, ਟੋਟਲ ਕਾਰਪੋਰੇਟ ਨੀਤੀਆਂ ਦੇ ਵਿਰੋਧ ਦਾ ਸਵਾਲ ਹੈ। ਅੱਜ ਅਸੀਂ ਦੁਹਾਈ ਪਾਉਂਦੇ ਹਾਂ, ਕੱਲ੍ਹ ਨੂੰ ਵੱਡੇ ਵੱਡੇ ਮਾਰ ਖੋਲ ਕੇ ਉਹਨੇ ਤੁਹਾਨੂੰ ਸਾਡੇ ਘਰ ਦੇਣੇ। ਪਰ ਮੈਂ ਇੱਥੇ ਅਪੀਲ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕੀਤੀਆਂ ਜਾ ਰਹੀਆਂ ਤੁਹਾਡੇ ਲਈ, ਭਵਿੱਖ ਲਈ, ਤੁਹਾਡੇ ਪਾਣੀਆਂ ਦੇ ਵਿੱਚ ਗੜਬੜ ਕਰਨ ਲਈ। ਕੁਝ ਪਟਵਾਰੀ ਸਾਡੇ ਭਰਾ ਉਹ ਵਾਲੇ ਨੇ, ਉਹਦਾ ਵੀ ਅਸੀਂ ਸੋਚਾਂਗੇ, ਰੋਸਟਾ ਦੇਵਾਂਗੇ। ਅਤੇ ਨਾਲ ਗ੍ਰੀਨ ਐਨਰਜੀ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ 45 ਯੂਨਿਟ ਲਾਏ ਜਾ ਰਹੇ। ਮੈਂ ਬਾਹਰ ਨਿਕਲਦਾ ਇੱਥੇ ਦੀ ਸਰਕਾਰ ਨੂੰ, ਤੁਸੀਂ ਬਿਨਾਂ ਸੋਚੇ ਸਮਝੇ ਸਾਡੇ ਸਾਡੇ ਜੂਨੀਅਰ ਫੈਕਟਰੀ ਨੂੰ ਖੇਡਾ ਚੁੱਕਿਆ ਨਹੀਂ, ਸਾਡੀ ਇਹ ਕਮਾਈ ਹੈ। ਅਕਾਲੀ ਦਾ ਹੋ